बड़ी सुनहरा मौका। कैनेडा विच निकलियां ने 14 लाख तो भी वध नौकरियां। नौकरी दे नाल थानू मिल सकती है पीआर। डेली पोस्ट पंजाबी देख रहे हो तुसी ते मैं हां शिखा संधीर। जेकर कोविड की गल करिए कोविड के करके बहुत सारे अजिहे लोग ने जिन्होंने अपना काम गवा लिया। कैनेडा दे विच भी सही इसे तरीके नाल होया। जो सत्तवीं लहर करोना दस्तक दिंदी है कैनेडा दे विच, तां बहुत सारे प्रवासी लोग अजिहे हुंदे ने जो कैनेडा छड़ के अपने मुल्क वापस चले गए। तो हुण जो आंकड़ा कैनेडा सरकार दे वल्लों जारी किया गया उसके मुताबिक फिलहाल कैनेडा दे विच 14 लाख तो वध नौकरियां खाली पईआं ने। तो किस तरीके नाल तुसी ये नौकरियां पा सकते हो ते नाल नाल तुहानू ये मौका भी मिलेगा कि तुसी नौकरी नाल नाल उत्थे पीआर तक तो लैके घर तक ਤੁਹਾਨੂੰ ਕੈਨੇਡਾ ਦੇ ਵਿੱਚ ਮਿਲ ਸਕਦਾ ਹੈ। ਕੈਨੇਡਾ ਨੂੰ ਜੂਨ ਜੁਲਾਈ 2022 ਦੇ ਵਿੱਚ ਕੋਵਿਡ 19 ਮਹਾਮਾਰੀ ਦੀ ਸੱਤਵੀਂ ਲਹਿਰ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ 11.2% ਹਸਪਤਾਲ ਸਟਾਫ ਅਤੇ ਨਰਸਾਂ ਵੀ ਇਨਫੈਕਸ਼ਨ ਕਾਰਨ ਬਿਮਾਰ ਹੋ ਗਈਆਂ। ਇਸ ਕਾਰਨ ਕਰਮਚਾਰੀਆਂ ਦੀ ਘਾਟ ਅਤੇ ਕਈ ਹਸਪਤਾਲ ਦੇ ਐਮਰਜੈਂਸੀ ਵਾਰਡ ਬੰਦ ਹੋ ਗਏ। ਇਸ ਸਾਲ ਮਾਰਚ ਮਹੀਨੇ ਤੋਂ ਹੁਣ ਤੱਕ 2 ਲੱਖ ਲੋਕ ਆਪਣੀ ਨੌਕਰੀ ਛੱਡ ਚੁੱਕੇ ਨੇ। ਇਸੇ ਦੇ ਵਿਚਕਾਰ ਕੈਨੇਡਾ ਅਗਲੇ 3 ਸਾਲਾਂ ਦੇ ਵਿੱਚ 14 ਲੱਖ ਵਿਦੇਸ਼ੀਆਂ ਨੂੰ ਰੁਜ਼ਗਾਰ ਦੇਵੇਗਾ। ਹਾਲ ਹੀ ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸਨ ਫਰੇਜ਼ਰ ਨੇ ਕਿਹਾ ਕਿ ਦੇਸ਼ ਦੇ ਵਿੱਚ ਕਿਰਤ ਸ਼ਕਤੀ ਦੀ ਕਮੀ ਕਾਰਨ ਆਰਥਿਕਤਾ ਨੂੰ ਬਹੁਤ ਨੁਕਸਾਨ ਹੋਇਆ। ਕੈਨੇਡਾ ਨੂੰ ਇਸ 'ਤੇ ਕਾਬੂ ਪਾਉਣ ਲਈ ਹੋਰ ਲੋਕਾਂ ਦੀ ਲੋੜ ਹੈ। ਇਸ ਲੋੜ ਨੂੰ ਪੂਰਾ ਕਰਨ ਦੇ ਲਈ ਕੈਨੇਡਾ ਨੇ ਇਮੀਗ੍ਰੇਸ਼ਨ ਪੱਧਰੀ ਯੋਜਨਾ 2023-24 ਤਹਿਤ ਅਗਲੇ 3 ਸਾਲਾਂ ਦੇ ਵਿੱਚ ਦੇਸ਼ 'ਚ 14 ਲੱਖ ਪ੍ਰਵਾਸੀਆਂ ਨੂੰ ਰੁਜ਼ਗਾਰ ਦੇਣ ਦੀ ਯੋਜਨਾ ਬਣਾਈ ਹੈ। ਜੇਕਰ ਇਸ ਸਾਲ ਦੀ ਗੱਲ ਕਰਦੇ ਹਾਂ ਤਾਂ ਮਾਰਚ ਮਹੀਨੇ ਤੋਂ 2 ਲੱਖ ਲੋਕ ਆਪਣੀ ਨੌਕਰੀ ਛੱਡ ਚੁੱਕੇ ਨੇ। ਇਸੇ ਦੇ ਨਾਲ ਮਹਾਮਾਰੀ ਦੌਰਾਨ ਕੁਝ ਲੋਕਾਂ ਦੀ ਨੌਕਰੀ ਚਲੀ ਗਈ। ਸਿੱਖਿਆ, ਸਿਹਤ ਸੰਭਾਲ ਅਤੇ ਸਮਾਜਿਕ ਸੇਵਾ ਦੇ ਖੇਤਰ ਦੇ ਵਿੱਚ ਜੁਲਾਈ 'ਚ 30,000 ਅਤੇ ਜੂਨ ਦੇ ਵਿੱਚ ਤਕਰੀਬਨ 40,000 ਤੋਂ ਵੱਧ ਲੋਕਾਂ ਨੇ ਨੌਕਰੀਆਂ ਛੱਡੀਆਂ। ਪਿਛਲੇ 1 ਸਾਲ ਦੇ ਵਿੱਚ ਕੈਨੇਡਾ ਦੀ ਅਰਥ ਵਿਵਸਥਾ ਨੂੰ ਮਜ਼ਦੂਰਾਂ ਦੀ ਘਾਟ ਕਾਰਨ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ। ਅਜਿਹੇ ਲੋਕਾਂ ਨੂੰ ਹੁਣ ਸਵੈ ਰੁਜ਼ਗਾਰ ਦੇ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਅਤੇ ਉਹਨਾਂ ਦੇ ਨਿਰਭਰ ਹੋ ਗਏ। ਤਾਂ ਦੱਸ ਦਈਏ ਕਿ ਹੁਣ ਬਹੁਤ ਸਾਰੀਆਂ ਤਮਾਮ ਅਜਿਹੀਆਂ ਕੰਪਨੀਆਂ ਨੇ ਕੈਨੇਡਾ ਦੇ ਵਿੱਚ ਜੋ ਰੁਜ਼ਗਾਰ ਪ੍ਰਦਾਨ ਕਰਨਗੀਆਂ, ਕਿਉਂਕਿ ਲੱਖਾਂ ਦੀ ਤਾਦਾਦ ਦੇ ਵਿੱਚ ਕੈਨੇਡਾ 'ਚ ਲੋਕਾਂ ਨੇ ਕੰਮ ਛੱਡਿਆ ਅਤੇ ਹੁਣ ਉਹਨਾਂ ਕੰਮਾਂ ਦੇ ਉੱਤੇ ਕੈਨੇਡਾ ਸਰਕਾਰ ਨੂੰ ਲੋਕਾਂ ਦੀ ਜ਼ਰੂਰਤ ਹੋਣ ਵਾਲੀ ਹੈ। ਤਾਂ ਕਿਹੜੇ ਕਿਹੜੇ ਉਹ ਕੰਮ ਨੇ ਉਸਦੀ ਸੂਚੀ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ। ਕੰਪਨੀਆਂ ਦੁਬਾਰਾ ਕੰਮ ਕਰਵਾਉਣ ਦੇ ਲਈ ਨਵੀਂ ਲੇਬਰ ਫੋਰਸ ਦੀ ਲੋੜ ਹੈ, ਪਰ ਪੁਰਾਣੇ ਕਰਮਚਾਰੀ ਕੰਮ 'ਤੇ ਵਾਪਸ ਨਹੀਂ ਆ ਰਹੇ ਤਾਂ ਇਮੀਗ੍ਰੇਸ਼ਨ ਮੰਤਰੀ ਨੇ ਇਹ ਕਿਹਾ ਕਿ 2025 ਤੱਕ 60% ਪ੍ਰਵਾਸੀ ਆਰਥਿਕ ਪ੍ਰਵਾਸੀ ਸ਼੍ਰੇਣੀ ਦੇ ਵਿੱਚ ਕੈਨੇਡਾ 'ਚ ਦਾਖਲ ਹੋਣਗੇ। ਇਸ ਦਾ ਮਤਲਬ ਹੈ ਕਿ ਇਹਨਾਂ ਪ੍ਰਵਾਸੀਆਂ ਨੂੰ ਕੈਨੇਡਾ ਦੇ ਵਿੱਚ ਸਥਾਈ ਰੈਜ਼ੀਡੈਂਸ ਕਾਰਡ ਵੀ ਮਿਲੇਗਾ, ਜਿਸ ਦਾ ਮਤਲਬ ਹੈ ਪੀਆਰ। ਕੈਨੇਡਾ ਦੇ ਵਿੱਚ ਮਜ਼ਦੂਰਾਂ ਦੀ ਕਮੀ ਦਾ ਇੱਕ ਕਾਰਨ ਲਗਾਤਾਰ ਡਿੱਗ ਰਹੀ ਜਨਨ ਦਰ ਅਤੇ ਬੁਢਾਪੇ ਦੀ ਆਬਾਦੀ ਹੈ। ਵਰਤਮਾਨ ਦੇ ਵਿੱਚ ਕੈਨੇਡਾ ਦੀ ਜਨਨ ਦਰ ਪ੍ਰਤੀ ਔਰਤ 1.4 ਬੱਚੇ ਨੇ। 2030 ਤੱਕ ਕੈਨੇਡਾ ਦੀ ਆਬਾਦੀ ਦਾ 1/4 ਹਿੱਸਾ ਜਾਂ ਲਗਭਗ 9 ਮਿਲੀਅਨ ਲੋਕ ਰਿਟਾਇਰ ਦੀ ਉਮਰ ਤੱਕ ਪਹੁੰਚ ਜਾਣਗੇ। ਪਰ ਇਸ ਦੇ ਵਿਚਕਾਰ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰੋਸੈਸ ਕੀ ਹੈ, ਕੀ ਯੋਜਨਾ ਦੇ ਤਹਿਤ ਉਹ ਤੁਹਾਨੂੰ ਇਹ ਨੌਕਰੀਆਂ ਪ੍ਰਦਾਨ ਕਰਨਗੀਆਂ? ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਕੈਨੇਡਾ ਦੀ ਸਿਹਤ ਸੰਭਾਲ, ਖੇਤੀਬਾੜੀ, ਮੱਛੀ ਪਾਲਣ, ਆਵਾਜਾਈ ਦੇ ਖੇਤਰ ਪੂਰੀ ਤਰ੍ਹਾਂ ਪ੍ਰਵਾਸੀਆਂ 'ਤੇ ਨਿਰਭਰ ਨੇ। ਇਸੇ ਦੇ ਵਿੱਚ ਕਰੀਬ 10 ਲੱਖ ਨੌਕਰੀਆਂ ਦੀਆਂ ਅਸਾਮੀਆਂ ਨੇ। ਵਿਦੇਸ਼ ਤੋਂ ਕੈਨੇਡਾ ਦੇ ਵਿੱਚ ਕੰਮ ਕਰਨ ਆਉਣ ਵਾਲੇ ਪ੍ਰਵਾਸੀਆਂ ਨੂੰ ਆਰਥਿਕ ਯੋਗਦਾਨ ਦੇ ਲਈ ਦੇਸ਼ 'ਚ ਸਥਾਈ ਰੈਜ਼ੀਡੈਂਸ ਵੀ ਮਿਲੇਗਾ। ਇਸੇ ਦੇ ਲਈ ਕੈਨੇਡਾ ਸਰਕਾਰ ਦੇ ਲਈ ਸਾਲ ਤੋਂ ਵੱਖ ਵੱਖ ਪ੍ਰੋਗਰਾਮ ਚੱਲ ਰਹੇ ਨੇ ਅਤੇ ਨਵੀਂ ਇਮੀਗ੍ਰੇਸ਼ਨ ਪੱਧਰ ਦੀ ਯੋਜਨਾ 'ਚ ਦਾਖਲ ਵੀ ਇਹਨਾਂ ਪ੍ਰੋਗਰਾਮ ਦੇ ਅਧੀਨ ਹੀ ਹੋਵੇਗਾ। ਇਹਨਾਂ ਨਵੇਂ ਪ੍ਰਵਾਸੀਆਂ ਦਾ ਦੇਸ਼ ਦੇ ਵਿੱਚ ਦਾਖਲ ਅਤੇ ਨੌਕਰੀਆਂ ਲਈ ਚੋਣ ਪਹਿਲਾਂ ਤੋਂ ਹੀ ਮੌਜੂਦ ਐਕਸਪ੍ਰੈਸ ਐਂਟਰੀ ਅਤੇ ਪ੍ਰੋਵਿਸ਼ਨਲ ਨਾਮਜ਼ਦ ਪ੍ਰੋਗਰਾਮ ਭਾਵ PNP ਪ੍ਰੋਗਰਾਮ ਤਹਿਤ ਕੀਤਾ ਜਾਵੇਗਾ। ਪਿਛਲੇ ਸਾਲ ਇਹਨਾਂ ਪ੍ਰੋਗਰਾਮ ਰਾਹੀਂ ਤਕਰੀਬਨ 56% ਪ੍ਰਵਾਸੀ ਕੈਨੇਡਾ ਆਏ ਸਨ। ਨਵੀਂ ਇਮੀਗ੍ਰੇਸ਼ਨ ਪੱਧਰ ਯੋਜਨਾ ਦੇ ਤਹਿਤ ਕੈਨੇਡਾ ਸਰਕਾਰ ਨੇ 2023 ਦੇ ਵਿੱਚ 80,000 ਤੋਂ 880 ਅਤੇ 2024 ਤੱਕ 1,09,020 ਅਤੇ 2025 ਤੱਕ ਕੈਨੇਡਾ ਦੇ ਵਿੱਚ 1,14,000 ਪ੍ਰਵਾਸੀਆਂ ਦੇ ਐਕਸਪ੍ਰੈਸ ਐਂਟਰੀ ਟੀਚਿਆ ਹੈ। ਇਸੇ ਤਰ੍ਹਾਂ PNP ਯਾਨੀ ਕਿ ਪ੍ਰੋਵਿਜ਼ਨਲ ਨਾਮਜ਼ਦ ਪ੍ਰੋਗਰਾਮ ਦੇ ਤਹਿਤ 2023 ਦੇ ਵਿੱਚ 1,05,500 ਪ੍ਰਵਾਸੀਆਂ ਨੂੰ ਅਤੇ 2024 'ਚ 1,10,000 ਅਤੇ 2025 ਤੱਕ 1,17,500 ਨੌਕਰੀਆਂ ਦਿੱਤੀਆਂ ਜਾਣਗੀਆਂ।